ਤੇ ਬਾਕੀ ਤਕਰੀਬਨ ਉਹਦੀ ਮਾਸ਼ੀ ਉਹਦੀ ਹੋ ਗਈ, ਡੀਲ ਡਨ ਹੋ ਗਈ ਜੀ। ਤੇ ਸਭ ਦਾ ਜ਼ਿਲ੍ਹਿਆਂ ਦਾ ਅਲੱਗ ਅਲੱਗ ਰੇਟ ਹੈ ਜੀ, ਉਹ ਆਪਾਂ ਥੋੜ੍ਹਾ ਜਿਹਾ ਕਾਇਆ ਵੀ ਆਪਾਂ ਵੀਡੀਓ ਦੇ ਵਿੱਚ ਨਹੀਂ ਦੱਸ ਸਕਦੇ। ਹਰਿੰਦਰ ਜੀ ਪੀ ਐੱਸ ਵਾਲਾ ਕੀ ਰੌਲਾ ਪੈ ਰਿਹਾ? ਇੱਕ ਨਾ ਜੀ ਪੀ ਐੱਸ ਦਾ ਬੜਾ ਰੌਲਾ ਪੈ ਰਿਹਾ ਯਾਰ, ਵੀ ਜੀ ਪੀ ਐੱਸ ਲੱਗੂਗਾ ਜਾਂ ਨਹੀਂ ਲੱਗੂਗਾ, ਹੈ ਨਾ, ਕਿਉਂਕਿ ਗਾਈਡਲਾਈਨ ਨੇ ਗਵਰਨਮੈਂਟ ਦੀਆਂ। ਬਾਕੀ ਦੇਖੋ ਰੇਟ ਦੇ ਵਿੱਚ ਇਨਕਲੂਡ ਨਹੀਂ ਹੈਗਾ, ਉਹ ਕਹਿੰਦੇ ਵੀ ਅੰਕਲ ਉਹਨੇ ਕਹਿੰਦੇ ਵੀ ਜੇ ਲੱਗ ਗਿਆ ਤਾਂ ਉਹਦਾ ਅਲੱਗ ਹੋਊਗਾ, ਹੈ ਨਾ। ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਹੋ? ਜਿੱਦਣ ਦਾ ਹੋ ਗਿਆ ਨਾ ਆਪਣੇ ਵਾਲਾ ਬਾਈ ਜੀ, ਥੋੜ੍ਹੀ ਜਿਹੀ ਡਿਊਟੀਆਂ ਵੱਧ ਗਈਆਂ, ਡਿਊਟੀਆਂ 'ਚ ਚੇਂਜ ਹੋਏ ਆ, ਅਤੇ ਡਿਊਟੀਆਂ 'ਚ ਚੇਂਜ ਹੋਣ ਦੇ ਕਾਰਨ ਤਾਂ ਜਿਹੜਾ ਸੂਰਜ ਆ, ਸੂਰਜ ਭਾਜੀ ਟਾਈਮ ਨਾਲ ਨਿਕਲੇ ਉਹਨਾਂ, ਲੇਟ ਹੋ ਜਾਂਦੇ ਅਸੀਂ ਖੇਤਾਂ ਵਿੱਚ ਜਾਣਾ, ਹੈ ਨਾ। ਅਤੇ ਅੱਜ ਹੁਣ ਕੀ ਕਰ ਰਹੇ ਜੀ ਆਪਾਂ? ਆਪਾਂ ਪਾਉਣੀ ਆ ਪਦਾਨ। ਅੱਛਾ ਜੀ, ਅੱਜ ਪੈਣੀ ਆ ਪਦਾਨ। ਪਦਾਨ ਨਹੀਂ ਕਹਿ ਦਿੰਦੇ ਇਹਨੂੰ, ਇਹ ਹੈਗਾ ਇਹ ਹੁੰਦੀ ਆ ਕੀਲੇ 'ਚ 7 ਤੋਂ 8, 6, 7 ਕਿਲੋ ਕੀਲੇ ਦੀ, ਕਿੱਲੇ ਦੀ ਇਹ ਹੈਗੀ ਆ 4 ਕਿਲੋ ਦੀ ਪੈਕਿੰਗ। ਇਹ ਐਫ ਐਮ ਸੀ ਦਾ ਨਾ ਫਟੇਰਾ ਆਉਣਾ ਹੁੰਦਾ ਤਾਂ ਇਨਸੈਕਟੀਸਾਈਡ ਵਾਸਤੇ, ਇਹ ਹੁੰਦਾ ਥੱਲੇ ਜੜ ਚ ਕੋਈ ਸੁੰਡੀ ਹੋਵੇ, ਕੋਈ ਹੋਰ ਜਿਹੜੀ ਸਾਲਟ ਸੇਮ ਹੈ, ਸਾਲਟ ਫਰਕ ਹੁੰਦਾ ਥੋੜਾ ਬਹੁਤਾ ਫਰਕ ਹੈ, ਤੇ ਜੀਰੀ ਦੀ ਕੋਈ ਮਾੜੀ ਮੋਟੀ ਗਰੋਥ ਰੁਕੀ ਵੀ ਹੋਵੇ ਕਿਉਂਕਿ ਉਹ ਕੀੜੇ ਲੱਗੇ ਵੀ ਹੁੰਦੇ ਆ, ਉਹ ਮਾਰ ਕੇ ਵੀ ਕਹਿ ਸਕਦੇ ਆ ਜਾਂ ਉਹ ਮਤਲਬ ਜੀਰੀ ਵਾਸਤੇ, ਜੀਰੀ ਵਾਸਤੇ ਗਰੋਥ ਵਾਸਤੇ ਆ ਜੀ। ਪਰ ਇੱਕ ਇਹ ਆਏ ਹੁਣ ਪਾਉਣੀ ਕਾਹਦੇ ਚ, ਇਹ ਪਦਾਨ ਮੰਗ ਵੀ ਕੰਮ ਕਰਦੀ ਆ, ਤੇ ਦੋ ਵੀ ਸੁੰਡੀ ਲੱਗੀ ਹੋਈ ਜਿਹੜੀ ਆਪਣੀ ਹੁਣ ਅੱਜ ਕੰਮ ਕਰਦੀ ਆ। 5 ਕਿੱਲੇ ਕੱਟ ਕੇ ਉਹਨੇ 6 ਕੱਟ ਕੇ ਉਹਨੇ ਕਿੰਨੇ ਕੱਟਣੇ? 6 ਕੱਟ ਕੇ ਉਹਨੇ ਆਪਾਂ ਨੇ 6 ਕਿੱਲੇ 26 ਵਾਲੇ, 126 ਵਾਲੇ, ਹਾਂ ਜਿੱਥੇ ਮਸ਼ੀਨੇ ਜਿਹੜੀ ਲਈ ਵੀ ਆ, 4.5-5 ਬਣਦੇ ਆ, 4.5-5 ਬਣਦੇ ਆ। ਇੱਕ ਮਲਾਉਣੀ ਕਾਹਦੇ ਚ, ਯੂਰੀਆ ਵੀ, ਇਹ ਯੂਰੀਆ ਚ ਕਿੰਨੇ, ਯੂਰੀਆ ਦੇ ਥੱਲਾ ਕਿੰਨੇ, ਕੀ ਹਿਸਾਬ ਕਿਤਾਬ ਨਾਲ ਥੈਲਾ ਪਾਉਣਾ? ਇੱਕ ਇੱਕ ਥੈਲੇ ਜਿਹੜੇ 5-5 ਕਿਲੋ ਹਿਸਾਬ ਨਾਲ, 10-10 ਕਿਲੋ, 5-5 ਕਿਲੋ, 6-6 ਕਿਲੋ, ਜਿੰਨਾ ਜਿੰਨਾ ਆ ਗਿਆ, ਹਾਂ ਜਿੰਨਾ ਜਿੰਨਾ ਆ ਗਿਆ। ਤੇ ਆਹ ਟਰੈਕਟਰ ਕੱਢ ਕਿਉਂਕਿ ਪਹਿਲਾਂ ਤਾਂ ਬਾਹਰ, ਹਾਂ ਆਹ ਕੱਢਦੇ ਬਾਹਰ, ਫਿਰ ਉਹ ਸਕੰਜੇ 'ਚ ਲੱਦਦੇ ਆਪਾਂ, ਸਟੈਂਡਰਡ ਪਿੱਛੇ ਲੈ ਕੇ ਚੱਲਦੇ ਹਾਂ। ਇਹ ਜੀ ਚਰੀ, ਇਹਨੂੰ ਬਾਹਰ ਕੱਢਦੇ, ਉਹ ਲੱਦ ਕੇ ਬਾਅਦ 'ਚ ਇਹਨੂੰ ਫਿਰ ਅੰਦਰ ਲਾ ਦਾਂਗੇ ਆਪਾਂ, ਨਹੀਂ ਚਰੀ ਸੁੱਕੀ ਜਾਣੀ ਸਾਰਾ ਦਿਨ ਫਿਰ। ਸੋ ਪਸ਼ੂਆਂ ਆਪਣੇ ਕੋਲ 2-3 ਕੇ ਜੀ, ਘਰ ਦੇ ਬਾਅਦ ਦੁੱਧ ਵਾਸਤੇ ਆਪਾਂ ਨੇ ਜ਼ਿਆਦਾ ਨਹੀਂ, ਕੋਈ ਦੁੱਧ ਦਾ ਆਪਾਂ ਲਾਲਚ ਕਰਦੇ ਵੀ ਹਾਂ ਅਸੀਂ ਪਾਉਣਾ ਜਾਂ ਕੁਛ ਕਰਨਾ। ਅਤੇ ਲੇਬਰ ਹੈ ਸੀ ਇੱਕ, ਪਹਿਲਾਂ ਬੰਦਾ ਆਪਣੇ ਕੋਲ ਰੱਖਿਆ ਵਾ, ਉਹ ਚੱਲ ਗਿਆ, ਅਤੇ ਹੁਣ ਉਹ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਇੱਕ ਸਵੇਰੇ ਜਿਵੇਂ ਕੰਮ ਕੁੰਮ ਕਰਨਾ ਪੈਂਦਾ, ਹੈ ਨਾ, ਥੋੜ੍ਹਾ ਬਹੁਤਾ ਤਾਂ ਲੇਟ ਹੋ ਜਾਂਦਾ ਕੰਮ। ਇਹਨੂੰ ਵੀ ਕਰਦੀ ਹੈ ਸਟਾਰਟ, ਸੁੱਪਰ ਨੂੰ ਮਾਰੀਏ ਕੱਪੜਾ ਇਹਦੇ 'ਤੇ, ਲੈ ਸੁੱਚ ਲੱਗੀ ਵੀ ਛੱਡੀ ਵੀ ਤੀ ਇਹਦੀ, ਥਾਲਾਂ ਦੇ ਕੰਮ ਚਾਲ ਮੇਰਾ ਭਾਈ। ਗੋਗਿਆ ਟਰੈਕਟਰ ਕਿਹਨੇ ਲਾਇਆ ਤਾ ਸਟੈਂਡਰਡ ਅੰਦਰ? ਸਟੈਂਡਰਡ ਅੰਦਰ ਕਿਹਨੇ ਲਾਇਆ ਤਾ? ਸੁੱਚ ਛੱਡ ਦਿੱਤੀ, ਐਂ ਲੱਗੀ ਵੀ ਹੁਣ ਸਟਾਰਟ ਨਹੀਂ ਹੋ ਰਹੇ ਬਾਈ ਜੀ। ਇਹ ਖੜਾ ਵੀ ਮੈਂ ਕਹਿੰਦਾ ਪਰਸੋਂ ਚੌਥੇ ਦਾ, ਪਰਸੋਂ ਦਾ ਖੜਾ, ਸੁੱਚ ਲੱਗੀ ਵੀ ਤੀ ਅਤੇ ਹੁਣ ਇਹਨੇ ਰਾਊਂਡ ਵੀ ਨਹੀਂ ਲੈ ਰਿਹਾ ਇਹ। ਮੈਂ ਕਿਉਂਕਿ ਕਿਵੇਂ ਕਰਾਂ, ਲੈ ਕੁਛ ਵੀ ਨਹੀਂ ਮਾਰਿਆ, ਨਾ ਹੋਰਨ ਮਾਰਿਆ, ਕੁਛ ਨਹੀਂ ਕਰਿਆ। ਟਰੈਕਟਰ ਸਟਾਰਟ ਨਹੀਂ ਹੋਇਆ ਤਾਂ ਹੁਣ ਇਹਦੀ ਚਰੀ ਟੁੱਕਦੀ, ਜਦ ਸ਼ਾਮ ਨੂੰ ਤਾਂ ਟੁੱਕਣਾ ਹੀ ਆ, ਸ਼ਾਮ ਨੂੰ ਹੋਰ ਵੱਢ ਲਿਆਉਂਗੇ। ਅਤੇ ਹੁਣ ਇਹਦੇ 'ਚ ਲੱਦਦੇ ਹਾਂ, ਇਹਦੇ ਥੈਲਾ ਤਾਂ ਇੱਕੇ ਲਿਜਾਣਾ। ਲਓ ਜੀ ਮਿੱਤਰੋ, ਕਰਕੇ ਟੋਕਾ ਟੋਕਾ ਸਾਰਾ ਕੰਮ ਨਿਬੇੜ ਕੇ ਅਤੇ ਹੁਣ ਚੱਲੇ ਹਾਂ ਪ੍ਰਧਾਨ ਪੋਣ, ਪੂਰਾ ਸੂਰਜ ਨਿਕਲ ਆਇਆ, ਕਿਆ ਕਰੇ ਯਾਰ। ਚੱਲ ਕੋਈ ਨਾ, 5-6 ਕਿੱਲੇ ਦੀਆਂ ਕੱਢ ਦਿੰਦੇ ਹਾਂ, 1.5-1.5 ਕਿੱਲਾ ਆਉਂਦਾ, ਇਹ ਗਰਮੀ ਮੰਨਦਾ ਬੰਦਾ ਸਾਡਾ ਇਹ।
ਸਿੱਧੇ ਖਿੱਚ ਲਾ ਥੈਲਾ, ਉਹ ਪਾਸਾ ਥੱਲੇ ਲੱਗ ਜਾਓ। ਬਸ ਇੱਕ ਥੈਲੇ ਨਾਲ ਆਪਣਾ ਸਰਜੂ 4 ਕਿੱਲਿਆਂ 'ਚ ਥੋੜ੍ਹਾ ਥੋੜ੍ਹੀ ਪਾਉਣਾ ਹੈ ਨਾ। ਲਓ ਜੀ ਮਿੱਤਰੋ, ਕੰਮ ਘਰ ਨਿਬੇੜ ਕੇ ਸਾਰੇ ਪਹੁੰਚ ਚੁੱਕੇ ਹਾਂ ਜੀ ਸਰਹੰਦ, ਅਤੇ ਮੇਰੇ ਨਾਲ ਹੈ ਮਾਮਾ ਜੀ ਦਾ ਬੇਟੇ ਦਿਵਾਲੀ ਤੋਂ, ਅਤੇ ਸੁਪਰ ਸੀਡਰ ਦੀ ਨਿਕਲਾਈ ਇਹਨਾਂ ਦੀ ਸਬਸਿਡੀ, ਅਤੇ ਹੁਣ ਸੁਪਰ ਸੀਡਰ ਦੇਖਦੇ ਫਿਰਦੇ ਹਾਂ ਵੀ ਸੁਪਰ ਸੀਡਰ ਕਿਹੜਾ ਲਈਏ। ਟੋਟਲੀ ਅਸੀਂ ਹੁਣ ਖੜ੍ਹੇ ਇਸ ਟਾਈਮ ਸਰਹੰਦ ਦਾਣਾ ਮੰਡੀ ਦੇ ਵਿੱਚ, ਅਤੇ ਜਗਤਜੀਤ ਦੇਖਿਆ, ਫਿਰ ਆਹ ਗਰਵਾਜ ਖੜ੍ਹਾ, ਗਰਵਾਜ ਦੇਖ ਰਹੇ ਹਾਂ, ਅਤੇ ਹੁਣ ਇੱਧਰ ਮਾਸ਼ੀ ਉੱਤੇ ਆਏ ਵੇ ਹਾਂ। ਫਰਕ ਥੋੜ੍ਹਾ ਜਿਹਾ ਕਿ ਡਿਫਰੈਂਸ ਥੋੜ੍ਹਾ, ਬਸ ਆਪਣੀ ਚੁਆਇਸ ਆ ਜਾਂਦੀ ਹੈ ਕੁਆਲਿਟੀ ਹੈ ਨਾ। ਅਤੇ ਹੁਣ ਦੇਖ ਰਹੇ ਹਾਂ ਪਿਛਲੇ ਸਾਲ ਵਾਲਾ, ਹੁਣ ਲੇਟੈਸਟ ਆ ਜਾਣੇ ਕੱਲ੍ਹ ਨੂੰ ਇਹਨਾਂ ਕੋਲ। ਅਤੇ ਉੱਧਰ ਐਗਰੀ ਜ਼ੋਨ ਖੜ੍ਹਾ ਜੀ, ਬਹੁਤ ਖੜ੍ਹੇ ਹਾਂ ਸਰਹੰਦ ਦਾਣਾ ਮੰਡੀ ਦੇ ਵਿੱਚ। ਸਭ ਦਾ ਅਲੱਗ ਅਲੱਗ ਰੇਟ ਹੈ ਜੀ, ਅਲੱਗ ਅਲੱਗ ਕੁਆਲਿਟੀਆਂ ਨੇ, ਸੋ ਦੇਖਦੇ ਹੁਣ ਕਿਹੜਾ ਆਉਂਦਾ ਕਰਮਾਂ 'ਚ। ਵੀ ਐਂ ਵੀ ਚੀਜ਼ ਇੱਕ ਵਾਰ ਲਈ ਹੁੰਦੀ, ਹੁਣ ਵਾਰ ਵਾਰ ਤਾਂ ਲਈਆਂ ਨਹੀਂ ਜਾਂਦੀਆਂ। ਅਤੇ ਆਹ ਰੂਟਾਵੀਟਰ ਖੜ੍ਹੇ ਨੇ ਜੀ ਕਾਫੀ। ਹਾਂ ਵੀ ਹਰਿੰਦਰ ਸਿੰਘ, ਕੀ ਵਿਚਾਰ ਬਣ ਰਿਹਾ ਤੇਰਾ? ਜ਼ਿਆਦਾਤਰ ਤੇਰੇ ਐਂ ਦੱਸ ਵੀ 50-50 ਕੰਮ ਜਾਂ 50 ਤੋਂ ਵੱਧ ਹੋਇਆ ਵਾ ਕੰਮ? ਇਹ ਜ਼ਿਆਦਾ ਵਧੀਆ ਲੱਗਦਾ ਮਾਸ਼ੀ ਉਹਦਾ, ਕੁਆਲਿਟੀ ਵਧੀਆ, ਕੁਆਲਿਟੀ। ਹਰਿੰਦਰ ਇਹਦੇ ਵਿੱਚ ਨਹੀਂ ਜਾਲੀਆਂ ਹੈਗੀਆਂ ਜਿਵੇਂ ਉਹਦੇ ਜਗਤਜੀਤ ਦੇ ਦਿੰਦੇ ਆ? ਨਵੇਂ ਮਾਡਲ ਚ ਆਉਣਗੇ ਜਿਹੜਾ ਹੋਣਾ ਇਹ। ਅੱਛਾ ਇਹ ਪਿਛਲੇ ਸਾਲ ਦਾ ਇਹ ਮਾਡਲ? ਅੱਛਾ ਠੀਕ ਹੈ ਠੀਕ ਹੈ ਠੀਕ ਹੈ। ਅਤੇ ਹਾਏ ਜੀ ਬਾਈ, ਅਤੇ ਬਾਕੀ ਅੰਕਲ ਉਹਨਾਂ ਨੇ ਵੀ ਮਾਸ਼ੀ ਉਹਦਾ ਲਿਆ, ਮੁਬਾਰਕਾਂ ਜੀ ਤੁਹਾਨੂੰ ਵੀ। ਠੀਕ ਹੈ ਠੀਕ ਹੈ, ਬਹੁਤ ਧੰਨਵਾਦ। ਇਕੱਠੇ ਹੀ ਮਿਲਣੇ ਆ ਮੈਂ ਕਹਿੰਦਾ, ਇਕੱਠੇ ਜੀ ਦੇਣਗੇ ਇੱਕੋ ਦਿਨ, ਇੱਕੋ ਦਿਨ ਦੇਣਗੇ। ਬਿਲਕੁਲ ਨਹੀਂ ਆਇਆ ਵੀ ਚਲੋ ਇੱਕ ਵਾਰ ਚੀਜ਼ ਲੈਣੀ ਹੈ, ਬਾਰ ਬਾਰ ਤਾਂ ਪੈਸੇ ਲੱਗਦੇ। ਬਸ 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 ਬਿਲਕੁਲ ਬਿਲਕੁਲ। ਇਹ ਵੀ 8 ਹੈ, 8 ਫੁੱਟ ਹੈ ਨਾ। ਅਤੇ ਬਾਕੀ ਤਕਰੀਬਨ ਉਹਦੀ ਮਾਸ਼ੀ ਉਹਦੀ ਹੋ ਗਈ ਡੀਲ ਡਨ ਹੋ ਗਈ ਜੀ। ਅਤੇ ਸਭ ਦਾ ਜ਼ਿਲ੍ਹਿਆਂ ਦਾ ਅਲੱਗ ਅਲੱਗ ਰੇਟ ਹੈ ਜੀ, ਉਹ ਆਪਾਂ ਥੋੜ੍ਹਾ ਜਿਹਾ ਕਾਇਆ ਵੀ ਆਪਾਂ ਵੀਡੀਓ ਦੇ ਵਿੱਚ ਨਹੀਂ ਦੱਸ ਸਕਦੇ। ਹਰਿੰਦਰ ਜੀ ਪੀ ਐੱਸ ਵਾਲਾ ਕੀ ਰੌਲਾ ਪੈ ਰਿਹਾ? ਕਹਿੰਦੇ ਆ ਵੀ ਉਹਦੀ ਕੰਪਨੀ ਵਾਲੇ ਲਾਉਣੇ ਆ, ਜੇ ਲੱਗਿਆ ਤਾਂ ਲਗਾਉਣਾ ਪੈਣਾ। ਇੱਕ ਨਾ ਜੀ ਪੀ ਐੱਸ ਦਾ ਬੜਾ ਰੌਲਾ ਪੈ ਰਿਹਾ ਯਾਰ, ਵੀ ਜੀ ਪੀ ਐੱਸ ਲੱਗੂਗਾ ਜਾਂ ਨਹੀਂ ਲੱਗੂਗਾ ਹੈ ਨਾ, ਕਿਉਂਕਿ ਗਾਈਡਲਾਈਨ ਨੇ ਗਵਰਨਮੈਂਟ ਦੀਆਂ। ਬਾਕੀ ਦੇਖੋ ਰੇਟ ਦੇ ਵਿੱਚ ਇਨਕਲੂਡ ਨਹੀਂ ਹੈਗਾ, ਉਹ ਕਹਿੰਦੇ ਵੀ ਅੰਕਲ ਉਹਨੇ ਕਹਿੰਦੇ ਵੀ ਜੇ ਲੱਗ ਗਿਆ ਤਾਂ ਉਹਦਾ ਅਲੱਗ ਹੋਊਗਾ ਹੈ ਨਾ, ਉਹਦੇ ਹਿਸਾਬ ਨਾਲ। ਹੁਣ ਜਿਵੇਂ ਟਰੈਕਟਰਾਂ ਨਾਲ ਜੀ ਪੀ ਐੱਸ ਦਾ ਉਹ ਜਿਹੜਾ ਲੱਗਦਾ ਉਹਦਾ ਅਲੱਗ ਰੇਟ ਹੁੰਦਾ, ਕਿਉਂਕਿ ਐਪ ਦੇ ਜ਼ਰੀਏ ਉਹ 2000 ਤੋਂ ਲੈ ਕੇ 4-5 ਹਜ਼ਾਰ ਦੇ ਵਿੱਚ। ਹਾਂਜੀ, ਕਿੰਨਾ ਰੇਟ ਹੋ ਸਕਦਾ? ਤਾਂ ਉਹ ਜੀ ਪੀ ਐੱਸ ਮੰਡੇਟਰੀ ਹੈ ਇਸ ਵਾਰ ਸ਼ਾਇਦ, ਬਾਕੀ 2-3 ਦਿਨਾਂ ਦੇ ਵਿੱਚ ਆਪਾਂ ਸੁਪਰ ਸੀਡਰ ਲੈ ਕੇ ਜਾਵਾਂਗੇ, ਤੁਹਾਨੂੰ ਦਿਖਾਵਾਂਗੇ ਵੀ ਉਹਦੇ 'ਚ ਜੀ ਪੀ ਐੱਸ ਸਾਨੂੰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਹੈ ਨਾ। ਸੋ ਠੀਕ ਹੈ ਜੀ, ਬਾਕੀ ਕਰਦੇ ਹਾਂ ਅੱਗੇ ਗੱਲਬਾਤ। ਲਓ ਜੀ ਮਿੱਤਰੋ, ਰੂਟਾ ਉਹਦੀ ਸੁਪਰ ਸੀਡਰ ਦੀਆਂ ਸੁਪਰ ਸੀਡਰ ਦੀਆਂ ਵਧਾਈਆਂ ਕਰਤੀਆਂ, ਅਤੇ ਮਾਸ਼ੀਓ ਕੰਪਨੀ ਦਾ ਸੁਪਰ ਸੀਡਰ ਹੈ ਜਿਹੜਾ ਉਹ ਲਿਆ, ਅਤੇ 8 ਫੁੱਟਾ ਲਿਆ ਜੀ, ਨਿਊ ਹੋਲੈਂਡ 36 ਦੀ ਟਰੈਕਟਰ ਪਿੱਛੇ ਲਿਆ, ਪਿੱਛੇ ਜੇ ਮਾਮਾ ਜੀ ਉਹਨਾਂ ਦੇ ਟਰੈਕਟਰ ਲਿਆ ਸੀ, ਤੁਸੀਂ ਦੇਖਿਆ ਸੀ ਵੀਡੀਓ। ਅਤੇ ਬਹੁਤ ਸੋਹਣਾ ਸੈੱਟ ਹੈ ਜੀ, ਅਤੇ ਤਕਰੀਬਨ ਜਿਹੜੇ ਨਿਊ ਹੋਲੈਂਡ ਨਾਲ ਕਈ ਚਲਾ ਰਹੇ ਅਤੇ ਵੀਰੋ ਨਹੀਂ ਕਹਿੰਦੇ ਵੀ ਬਹੁਤ ਰਮਾ ਚੱਲਦਾ ਹੈ। ਇਹ ਗੱਲ ਸ਼ਾਇਦ ਬਈ ਕਹਿਣ ਦੀ, ਦੇਖੋ ਆਪਾਂ ਪ੍ਰੈਕਟੀਕਲ ਕਰਾਂਗੇ ਅਤੇ ਆਪਾਂ ਉਹਦਾ ਫੀਡਬੈਕ ਦੇਵਾਂਗੇ ਚੀਜ਼ ਦਾ। ਤਕਰੀਬਨ ਜਿੰਨੇ ਵੀ ਕਸਟਮਰਾਂ ਤੋਂ ਆਪਾਂ ਨੇ ਅੱਜ ਰਿਵਿਊ ਲਿਆ, ਮਤਲਬ ਪੁੱਛਿਆ ਕਹਿਣ ਦਾ ਭਾਵ, ਉਹਨਾਂ ਨੇ ਸਾਰਿਆਂ ਨੇ ਇੱਦਾਂ ਹੀ ਕਿਹਾ ਵੀ ਹਾਂ ਵੀ ਇਹ ਜਿਹੜਾ ਸੁਪਰ ਸੀਡਰ ਹੈ ਇਹ ਆਮ ਸੁਪਰ ਸੀਡਰ ਨਾਲੋਂ ਜ਼ੋਰ ਘੱਟ ਲੈਂਦਾ। ਰੱਬ ਜਾਣੇ ਕੀ ਚੱਕਰ ਹੈ, ਅਸੀਂ ਪੋਰ ਦੇਖ ਕੇ ਆਏ, ਉਹ ਤਾਂ ਸੇਮ ਜੀ ਲੱਗਿਆ ਸਾਨੂੰ ਹੈ ਨਾ, ਅਤੇ ਗੇਅਰ ਦਾ ਵੀ ਬਨਾਵਟ ਜੀ ਢਾਂਚਾ ਸਾਰਾ ਉੱਦਾਂ ਦਾ ਹੀ ਹੈ ਵੀ ਹੁਣ ਆਏ ਨਹੀਂ ਪਤਾ ਵੀ ਰਮਾ ਕਿਵੇਂ ਚੱਲਦਾ ਹੈ ਨਾ।
ਤੇ ਉਹ ਹੁਣ ਚੱਲਦੇ ਫੀਲਡ ਦੇ ਵਿੱਚ ਆਪਾਂ ਉਹਦੀ ਵੀ ਵੀਡੀਓ ਪਾਉਂਦੇ ਰਹਾਂਗੇ ਤੇ ਤਕਰੀਬਨ 2 ਦਿਨਾਂ ਦੇ ਵਿੱਚ ਉਹ ਆਪਾਂ ਨੇ ਲੈ ਆਉਣਾ ਸੁਪਰ ਸੀਟਰ ਦੀ, ਹੈਨਾ। ਤੇ ਉਹਦਾ ਵੀ ਆਪਾਂ ਬਲੌਗ ਸਾਂਝਾ ਕਰਾਂਗੇ ਵੀ ਕੀ ਡਿਫਰੈਂਸ ਹੈ ਇਹਦਾ ਦੂਜੇ ਸੁਪਰ ਸੀਟਰ ਨਾਲੋਂ, ਕਿਉਂਕਿ ਉੱਥੇ ਹੋਰ ਵੀ ਬਹੁਤ ਖੜੇ ਆ, ਹੈਨਾ। ਆਪਾਂ ਚਲੋ ਮਾੜਾ ਨਹੀਂ ਕਿਸੇ ਨੂੰ ਕਹਿਣਾ ਕਿ ਸ਼ਾਮ ਦੇ 6:30 ਤੋਂ 7 ਦਾ ਟਾਈਮ ਹੋ ਚੁੱਕਿਆ ਤੇ ਤੁਹਾਨੂੰ ਪੋਸ ਦਿਖਾਵਾਂ, ਮਤਲਬ ਜਿਹੜੀ ਇਹਨਾਂ ਦੇ ਉੱਪਰ ਪੈ ਚੁੱਕੀ ਹੈ ਹਵਾ, ਬਹੁਤ ਸੋਹਣੀ ਚੱਲ ਰਹੀ ਹੈ। ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ, ਇੱਕ ਬੂੰਦਾਂ ਦਿਖ ਰਹੀਆਂ ਨਾ, ਦੇਖਣ ਬੂੰਦਾਂ ਚਮਕ ਰਹੀਆਂ, ਤੇ ਮੱਕੜੀਆਂ ਨੇ ਵੀ ਜਾਲਾ ਜੂਲਾ ਪੂਰਾ ਬੁਣਨਾ ਸ਼ੁਰੂ ਕਰਤਾ। ਮੱਛਰ ਹੁਣ ਕੰਟਰੋਲ 'ਚ ਹੋਜੂ ਥੋੜ੍ਹਾ ਜਿਹਾ, ਬਾਕੀ ਮੌਸਮ ਬੜਾ ਖਰਾਬ ਜਿਹਾ। ਅੱਜ ਦੁਪਹਿਰੇ ਜਿਹੇ 'ਚ ਦੜੂਕਾ ਜਿਹਾ ਪੈ ਗਿਆ ਸਾਡੇ, ਸੋਹਣਾ ਧੁੱਪ ਖੜੀ ਜੀ 'ਚ, ਐਂ ਨਹੀਂ ਵੀ ਬਹੁਤਾ ਬੱਦਲ ਜਾ, ਵਧੀਆ ਪਿਆ। ਅਤੇ ਬਸ ਜਣੀ ਇੰਨਾ ਕਿਹਾ ਵੀ ਇਸ ਵਾਰ ਥੋੜ੍ਹਾ ਜਿਹਾ ਇੱਕ ਰੇਹ ਦਾ ਵੱਧ ਚੱਲ ਰਿਹਾ ਕੰਮ, ਥੱਲਾ ਥੱਲਾ ਵੱਧ ਪੈ ਗਿਆ, ਕਿੱਥੇ 3-3 ਨਾਲ ਸਾਰੀਆਂ ਸੀ ਉੱਥੇ 4-4, ਹੈਨਾ, ਪੈ ਚੁੱਕੇ ਹਾਂ। ਅਤੇ ਹੁਣ ਪਦਾਨ ਸ਼ੁਰੂ ਕਰੀ, ਅੱਜ ਥੋੜ੍ਹੀ ਜਿਹੀ ਪਦਾਨ ਪਾਈ ਹੈ, 2-3 ਦਿਨ ਹੋ ਗਏ ਵੈਸੇ ਤਾਂ, ਸਾਰੀ 'ਚ ਨਹੀਂ ਪਾਉਣੀ, 25-20 ਕਿੱਲਿਆਂ ਦੇ ਗੇਟ 'ਚ ਇੰਨੇ ਕੁ 'ਚ ਪਾਉਣੀ ਹੈ, 20 ਤੋਂ ਵੀ ਘੱਟ 'ਚ। 5-7 ਕਿੱਲੇ ਅੱਜ ਕੱਢਿਆ, ਪਹਿਲਾਂ 1 ਦਿਨ ਕੱਢੇ ਅਤੇ ਖੁਸ਼ਕਲੀ ਤੋਂ ਉਹਨਾਂ ਨੇ, ਅਤੇ 3-4 ਕੁ ਰਹਿ ਗਏ, ਉਹ ਅਸੀਂ ਸਵੇਰੇ ਕੱਢ ਦੇਣੇ, ਬਸ ਨਿਬੇੜ ਦੇਣਾ ਸਾਰੀ 'ਚ ਨਹੀਂ। ਅਤੇ ਜੀਰੀਆਂ 'ਚ ਫਿਲਹਾਲ ਐਵੇਂ ਦੀ ਕੋਈ ਸ਼ਿਕਾਇਤ ਨਹੀਂ ਸਾਡੇ ਏਰੀਏ ਦੇ ਵਿੱਚ ਵੀ, ਹਾਂ ਬੋਨਾ ਬੂਟਾ ਜਾਂ ਕੁਛ ਹੈ। ਮਹਾਰਾਜ ਦੀ ਬੜੀ ਕਿਰਪਾ ਇੱਧਰ ਨੂੰ, ਜਾਣੀ ਬਹੁਤ ਸੋਹਣੀ ਜੀਰੀ ਤੁਰੀ ਵੀ ਆ, ਅਤੇ ਬਾਕੀ ਦੇਖਦੇ ਅੱਗੇ ਅੱਗੇ ਕੀ ਰਿਜ਼ਲਟ ਨਿਕਲਦੇ ਕੀ ਨਹੀਂ, ਹੈ ਨਾ।